ਹੈਲੋ ਦੋਸਤੋ, ਕੀ ਹਾਲ ਚਾਲ ਆ ਵੀ। ਅੱਜ ਆਪਾਂ ਜਿਹੜਾ ਹੈਗਾ ਰੈਡਮੀ ਦਾ ਆਪਣਾ ਜਿਹੜਾ ਨਵਾਂ ਉਹ ਅਪਡੇਟ ਆਇਆ ਹੈਗਾ ਉਹਦੇ ਬਾਰੇ ਗੱਲ ਕਰਨੀ ਆ। ਐਮ ਆਈ ਯੂਜ਼ਰ ਇੰਟਰਫੇਸ 11 ਤੋਂ 12 ਆਇਆ ਸਿੱਧਾ, ਅਤੇ ਜਿਹਦੇ ਵਿੱਚ ਆਪਣੇ ਕੁਛ ਇੰਪਰੂਵਮੈਂਟ ਵਗੈਰਾ ਕੀਤੀਆਂ ਗਈਆਂ ਵਾ। ਠੀਕ ਆ, ਜਿਵੇਂ ਕਿ ਆਹ ਹਾਲ ਆ, ਪਹਿਲਾਂ ਹੁੰਦਾ ਸੀਗਾ ਆਪਣਾ ਡਾਰਕ ਮੂਡ ਔਨ ਕੀਤਾ ਹੋਇਆ ਵਾ, ਅਤੇ ਇਹਦੇ ਵਿੱਚ ਵੀ ਥੋੜ੍ਹੀ ਜਿਹੀ ਇੰਪਰੂਵਮੈਂਟ ਕੀਤੀ ਵੀ ਥਰਡ ਪਾਰਟੀ ਦੇ ਵਿੱਚ ਡਾਰਕ ਮੂਡ ਚੱਲੂਗਾ। ਠੀਕ ਹੈ ਨਾ, ਜਿਵੇਂ ਕਿ ਆਹ ਮੇਰਾ ਡਾਰਕ ਮੂਡ ਔਨ ਕੀਤਾ, ਇੱਥੇ ਤਾਂ ਚੱਲ ਰਿਹਾ ਵਾ, ਪਰ ਕਈ ਐਪ ਦੇ ਵਿੱਚ ਇਹ ਡਾਰਕ ਮੂਡ ਨਹੀਂ ਚੱਲਦਾ ਹੈਗਾ। ਠੀਕ ਹੈ, ਜਿਵੇਂ ਕਿ ਕੋਈ ਆਪਾਂ ਕਿੱਥੋਂ ਚੱਕ ਲੈਂਦੇ ਹਾਂ ਐਪ, ਜਿਵੇਂ ਕਿ ਆਹ। ਠੀਕ ਹੈ, ਵੀ ਡਾਰਕ ਮੂਡ ਇਹਦੇ ਵਿੱਚ ਹੈ ਨਾ ਵਰਕ ਨਹੀਂ ਕਰ ਰਿਹਾ ਹੈਗਾ, ਤਾਂ ਆਪਾਂ ਹੁਣ ਅਪਡੇਟ ਕਰਕੇ ਉਹਦੇ ਬਾਅਦ 'ਚ ਚੈੱਕ ਵੀ ਕਰਾਂਗੇ ਵੀ ਕਿਹੜੀ ਕਿਹੜੀ ਐਪ ਦੇ ਵਿੱਚ ਵਰਕ ਕਿਵੇਂ ਕਰ ਰਿਹਾ ਹੈਗਾ ਡਾਰਕ ਮੂਡ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਵੀ ਪਹਿਲਾਂ ਇਹਦੇ ਵਿੱਚ ਹੈਗਾ ਵਰਜਨ ਕਿਹੜਾ ਹੈਗਾ, ਇਹਦੇ ਵਿੱਚ ਹੁਣ 11 ਵਰਜਨ ਆ। ਠੀਕ ਆ, ਐਮ ਆਈ ਯੂਜ਼ਰ ਇੰਟਰਫੇਸ 11 ਵਾ, ਅਤੇ ਉਹ ਆਪਾਂ ਡਾਇਰੈਕਟ ਹੁਣ 12 ਅਪਡੇਟ ਆਇਆ ਹੋਇਆ ਵਾ ਜਿਹੜਾ ਕਿ 700 MB ਦੇ ਕਰੀਬ ਆ। ਠੀਕ ਆ, ਅਤੇ ਆਪਾਂ ਉਹਦੇ ਉੱਪਰ ਵੀ ਚੱਲਦੇ ਹਾਂ ਜਿਹੜਾ ਕਿ ਆਹ ਦੇਖੋ ਜੀ ਆਹ ਪਿਆ ਹੈ ਨਾ, ਇਹਦੇ ਵਿੱਚ ਕੀ ਕੀ ਦੱਸਿਆ ਇਹਨੇ, ਪ੍ਰਾਈਵੇਸੀ ਹੈ ਨਾ, ਪ੍ਰੋਟੈਕਸ਼ਨ ਜਿਹੜੀ ਵਧਾਈ ਆ ਕੁਛ ਇਹਨਾਂ ਨੇ ਦੱਸ ਰਹੇ ਆ ਵੀ ਜਿਹੜਾ ਇਹ ਪਹਿਲਾ ਜਿਹੜਾ ਹੈ ਨਾ ਰੈਡਮੀ ਦਾ ਯੂਜ਼ਰ ਇੰਟਰਫੇਸ ਆਇਆ ਵਾ ਵੀ ਜਿਹਦੇ ਵਿੱਚ ਐਂਡਰੋਇਡ ਬੇਸਡ ਹੋਊਗਾ ਮੋਬਾਈਲ ਓਪਰੇਟਿੰਗ ਸਿਸਟਮ, ਵੀ ਜਿਹੜਾ ਐਂਡਰੋਇਡ ਦੇ ਜਿਹੜੇ ਦੀ ਟੱਚ 'ਚ ਕੁਛ ਹੋਊਗਾ, ਜਿਵੇਂ ਵੀ ਜਿਵੇਂ ਹੁੰਦਾ ਵਾ ਐਂਡਰੋਇਡ 1 ਹੁੰਦਾ ਵਾ, ਸਟੋਕ ਐਂਡਰੋਇਡ ਹੁੰਦਾ ਵਾ, ਕੁਛ ਉਸੇ ਤਰ੍ਹਾਂ ਦਾ ਹੈ ਨਾ ਇਹਦੇ ਵਿੱਚ ਕੀਤਾ ਗਿਆ ਵਾ, ਵੀ ਕੁਛ ਉਹਦੀ ਥੋੜ੍ਹਾ ਜਿਹਾ ਇੰਪਰੂਵਮੈਂਟ ਕੀਤੀ ਆ ਵੀ ਉਹਦੇ ਵੱਲ ਨੂੰ ਇਹਨਾਂ ਨੇ ਮੋੜਿਆ ਵਾ ਇਹਨੂੰ। ਠੀਕ ਆ, ਵੀ ਜਿਵੇਂ ਆਹ ਬਿਲਕੁਲ ਵੱਖਰਾ ਦਿਖਦਾ ਸੀਗਾ ਸਟੋਕ ਐਂਡਰੋਇਡ ਦੇ, ਬਿਲਕੁਲ ਵੀ ਉਲਟ ਦਿਖਦਾ ਸੀਗਾ, ਹੁਣ ਇਹ ਕੁਛ ਸਟੋਕ ਐਂਡਰੋਇਡ ਦੀ ਤਰ੍ਹਾਂ ਹੈ ਨਾ ਥੋੜ੍ਹਾ ਜਿਹਾ ਹੋਊਗਾ। ਅਤੇ ਬਾਕੀ ਜਿਹੜਾ ਹੈਗਾ ਇਹਨਾਂ ਨੇ ਕਿਹਾ ਉਹ ਫਲੋਟਿੰਗ ਵਿੰਡੋ ਵਗੈਰਾ ਇਹਦੇ 'ਚ ਬਣਾਈਆਂ ਉਹਨਾਂ ਨੇ ਹੈ ਨਾ ਇਸ ਵਾਰ, ਵੀ ਉਹ ਆਪਣਾ ਉੱਪਰੋਂ ਪੁੱਲ ਡਾਊਨ ਕਰਕੇ ਨਾ ਨੋਟੀਫਿਕੇਸ਼ਨ ਵਗੈਰਾ ਖੋਲ੍ਹ ਸਕਦੇ ਹੈ ਨਾ, ਅਤੇ ਉਹ ਆਪਾਂ ਉਹਨੂੰ ਸਾਈਡ 'ਤੇ ਹੈ ਨਾ ਨਾਲ ਹੀ ਰਨ ਹੋਣਗੀਆਂ, ਪਾਊਜ ਵੀ ਕਰ ਸਕਦੇ ਹਾਂ ਆਪਾਂ ਹੈ ਨਾ। ਅਤੇ ਬਾਕੀ ਆਹ ਕੰਟਰੋਲ ਸੈਂਟਰ ਉੱਪਰ ਹੈ ਨਾ ਦੋ ਤਰ੍ਹਾਂ ਖੁੱਲੂਗਾ, ਕਹਿੰਦੇ ਵੀ ਇੱਕ ਲੈਫਟ ਤੋਂ ਖੁੱਲਿਆ ਕਰੂਗਾ, ਇੱਕ ਰਾਈਟ ਤੋਂ ਖੁੱਲਿਆ ਕਰੂਗਾ। ਅਤੇ ਇੱਕ ਕਾਸਟਿੰਗ ਦੇ ਵਿੱਚ ਸਕਿਉਰਿਟੀ ਦਿੱਤੀ ਹੈ ਵੀ ਜਿਹੜੀਆਂ ਐਪ ਆਪਾਂ ਨਹੀਂ ਸ਼ੋਅ ਕਰਾਉਣੀਆਂ ਕਾਸਟਿੰਗ ਦੇ ਵਿੱਚ, ਜਿਵੇਂ ਆਪਾਂ ਸਕਰੀਨ ਮਿਰਰਿੰਗ ਕਰਦੇ ਹਾਂ ਹੈ ਨਾ, ਜਿਹੜੀ ਕਿ ਆਹ ਵਾਲੀ ਆ ਜਿਹੜੀ ਇਹਦੇ ਵਿੱਚ ਆਹ ਕਾਸਟਿੰਗ ਹੈਗੀ ਆਪਸ਼ਨ ਆਹ ਵਾਲੀ, ਵੀ ਇਹਦੇ ਵਿੱਚ ਆਪਣੀ ਜਿਹੜੀਆਂ ਕੁਛ ਐਪ ਨੂੰ ਆਪਾਂ ਮਿਨੀਮਾਈਜ਼ ਕਰ ਸਕਦੇ ਹਾਂ ਵੀ ਜਿਹੜੀਆਂ ਉੱਥੇ ਮਲਟੀ ਟਾਸਕ ਵਿੱਚ ਨਾ ਆਉਂਦੇ ਸਨ। ਬਾਕੀ ਡਾਰਕ ਮੂਡ ਮੈਂ ਦੱਸਿਆ ਹੀ ਆ ਵੀ ਸਪੋਰਟ ਕਰੂਗਾ ਪ੍ਰੋਵਾਈਡ ਥਰਡ ਪਾਰਟੀ ਐਪਲੀਕੇਸ਼ਨ, ਅਤੇ ਹੋਰ ਇਹਦੇ ਵਿੱਚ ਹੈ ਨਾ ਹਾਲ ਜਿਹਾ ਹੈਗਾ ਸਿਸਟਮ ਅਪਡੇਟ ਐਂਡ ਸਿਕਿਉਰਿਟੀ ਪੈਚ 2020 ਸਤੰਬਰ 2020 ਇਨਕਰੀਜ਼ ਸਿਸਟਮ ਸਿਕਿਉਰਿਟੀ ਇਨਕਰੀਜ਼ ਕੀਤੀ ਹੈ। ਉਸ ਤੋਂ ਬਾਅਦ ਹੈਗੇ ਸਟੇਟਸ ਬਾਰ ਦੀ ਹੈ ਨਾ ਨੋਟੀਫਿਕੇਸ਼ਨ ਸ਼ੇਡ ਹੈ ਨਾ, ਸਟੇਟਸ ਬਾਰ ਦੇ ਵਿੱਚ ਕੀਅਰ ਕਲਰ ਵੀ ਕਰੈਕਟ ਨਹੀਂ ਦਿਖਦੇ ਸੀਗੇ, ਉਹ ਇਹਨਾਂ ਨੇ ਕੁਛ ਹੈ ਨਾ ਚੇਂਜ ਕੀਤੇ ਆ। ਬਾਕੀ ਜਿਹੜਾ ਹੋਮ ਸਕਰੀਨ ਦੇ ਵਿੱਚ ਵੀ ਜਿਹੜੀਆਂ ਆਪਣੀਆਂ ਐਪ ਦੇ ਆਈਕਨ ਵਗੈਰਾ ਹੁੰਦੇ ਆ ਹੈ ਨਾ, ਉਹਨੂੰ ਕੈਟੇਗਰਾਈਜ਼ਡ ਕੀਤਾ ਹੋ ਗਿਆ, ਵਧੀਆ ਜਾਣੀ ਵੀ ਬਣ ਗਈਆਂ ਕੈਟੇਗਰੀਆਂ ਉੱਥੇ ਵਧੀਆ ਸ਼ੋਅ ਕਰਨਗੀਆਂ। ਅਤੇ ਇੱਕ ਵੈਦਰ ਦੇ ਵਿੱਚ ਥੋੜ੍ਹੀਆਂ ਜਿਹੀਆਂ ਹੋਈਆਂ ਐਨੀਮੇਸ਼ਨ ਪਾਈਆਂ ਇਹਨਾਂ ਨੇ ਕੁਛ ਨਾ, ਵੀ ਜਿਵੇਂ ਮੀਂਹ ਮੂੰਹ ਪੈਂਦੇ ਦੀਆਂ ਕੁਛ ਇਸ ਤਰ੍ਹਾਂ ਦੀਆਂ ਹੋਣਗੀਆਂ, ਆਪਾਂ ਉਹ ਦੇਖਾਂਗੇ ਅੱਗੇ ਜਾ ਕੇ। ਅਤੇ ਉਸ ਤੋਂ ਬਾਅਦ ਆਹ ਗਿਆ ਨੋਟ ਦੇ ਵਿੱਚ ਫੋਲਡਰ ਬਣਾ ਸਕਦੇ ਹਾਂ, ਮੈਂ ਨੋਟ ਵੈਸੇ ਪਰਸਨਲੀ ਯੂਜ਼ ਕਰਦਾ ਵਾਂ ਨੋਟਸ, ਉਹਦੇ ਵਿੱਚ ਹੁਣ ਪਰ ਆਪਾਂ ਇਹ ਵੀ ਆ ਵੀ ਫੋਲਡਰ ਵੀ ਬਣਾ ਸਕਦੇ ਹਾਂ। ਠੀਕ ਆ, ਅਤੇ ਬਾਕੀ ਇਹਦੇ ਵਿੱਚ ਹੋਰ ਵੀ ਥੋੜ੍ਹਾ ਜਿਹਾ ਡਾਇਨਾਮਿਕ ਬੈਕਗਰਾਊਂਡ ਵਗੈਰਾ ਦੇ ਸਕਦੇ ਹਾਂ ਨਾ, ਅਤੇ ਨਿਊ ਸਕਿਉਰਿਟੀ ਤਾਂ ਹੈਗੀ ਹੈਗੀ ਇਹ ਵਾਰ ਵਾਰ ਇਹਨਾਂ ਨੇ ਦੇਖਿਆ ਵਾ ਵੀ ਵੀਡੀਓ ਟੂਲ ਬੋਕਸ ਵਗੈਰਾ ਸਾਡੇ ਵਿੱਚ ਹੈ ਨਾ, ਸਾਰਾ ਕੁਛ ਹੈ ਨਾ ਐਨੀਮੇਸ਼ਨ ਵਗੈਰਾ ਇਹਨਾਂ ਨੇ ਥੋੜ੍ਹੀ ਜਿਹੀ ਜ਼ਿਆਦਾ ਇਹਨਾਂ ਨੇ ਕਿਹਾ ਹੈਗਾ ਵੀ ਇਹਦੇ ਵਿੱਚ ਵੀ ਐਨੀਮੇਸ਼ਨ ਕਹਿ ਰਹੇ ਵਿੱਚ ਵੀ ਕਿਹਾ, ਇਹਦਾ ਮਤਲਬ ਵੀ ਥੋੜ੍ਹਾ ਜਿਹਾ ਹੈਵੀ ਹੋਣ ਵਾਲਾ ਇਹ ਜਿਹੜਾ ਅਪਡੇਟ ਆ। ਠੀਕ ਆ, ਜੇ ਤੁਹਾਡਾ ਫੋਨ ਜਾਣੀ ਵੀ ਵਧੀਆ ਸਮੂਥ ਚੱਲਦਾ ਹੈਗਾ ਪਹਿਲਾਂ, ਤਾਂ ਤੁਸੀਂ ਤਾਂ ਹੀ ਕਰੋ ਇਹਨੂੰ, ਜੇ ਤੁਹਾਨੂੰ ਪਹਿਲਾਂ ਲੱਗਦੀ ਹੈ ਪ੍ਰੋਬਲਮ ਵੀ ਤੁਹਾਡਾ ਫੋਨ ਥੋੜ੍ਹਾ ਜਿਹਾ ਨਾ ਸਲੋਅ ਚੱਲਦਾ ਜਾਂ ਕੁਛ ਇਸ ਤਰ੍ਹਾਂ ਦੇ ਫੋਨ ਦੇ ਵਿੱਚ ਅਪਡੇਟ ਆਇਆ ਇਹ, ਵੈਸੇ ਹੀ ਮੈਂ ਇਹ ਚੈੱਕ ਕਰ ਰਿਹਾ ਵਾਂ ਰੈਡਮੀ ਨੋਟ 9 ਪਰੋ ਮੈਕਸ ਦੇ ਵਿੱਚ ਚੈੱਕ ਕਰ ਰਿਹਾ ਵਾਂ। ਠੀਕ ਆ, ਅਤੇ ਇਹਦੇ ਵਿੱਚ ਜਾਣੀ ਦੀ ਵੈਸੇ ਤਾਂ ਮੇਰੇ ਹਿਸਾਬ ਨਾਲ ਕੋਈ ਪ੍ਰੋਬਲਮ ਨਹੀਂ ਹੋਣ ਵਾਲੀ, ਤਾਂ ਆਪਾਂ ਇਹਨੂੰ ਕਰਦੇ ਹਾਂ ਡਾਊਨਲੋਡ, ਉਸ ਤੋਂ ਬਾਅਦ ਦੇਖਦੇ ਹਾਂ ਆਪਣਾ ਜਿਹੜਾ ਹੈਗਾ ਕਿੰਨਾ ਕੁ ਜਾਣੀ ਦੀ ਇੰਪਰੂਵਮੈਂਟ ਵਗੈਰਾ ਕੀ ਕੀ ਹੈ ਨਾ ਆਪਾਂ ਨੂੰ ਦੇਖਣ ਨੂੰ ਮਿਲਦਾ ਵਾ, ਡਾਰਕ ਮੂਡ ਵਗੈਰਾ ਕਿਸ ਤਰ੍ਹਾਂ ਦਾ ਹੈਗਾ, ਸਕਰੀਨ ਕਾਸਟਿੰਗ ਦੇ ਵਿੱਚ ਕਿਵੇਂ ਆਪਾਂ ਹੈ ਨਾ ਕਰ ਸਕਦੇ ਹਾਂ ਮਿਨੀਮਾਈਜ਼ ਵਗੈਰਾ ਹੈ ਨਾ। ਅਤੇ ਉਦੋਂ ਪਹਿਲਾਂ ਆਪਾਂ ਤੁਹਾਡੀ ਜੀ ਵੀਡੀਓ ਨੂੰ ਹੈ ਨਾ ਹੁਣ ਜਦੋਂ 100% ਹੋ ਜੂਗਾ ਤਾਂ ਆਪਾਂ ਉਦੋਂ ਹੀ ਚੈੱਕ ਕਰਾਂਗੇ, ਅਤੇ ਉਸ ਤੋਂ ਪਹਿਲਾਂ ਆਪਾਂ ਦੇਖ ਲਈਏ ਵੀ ਹੁਣ ਇਸ ਵਕਤ ਇਹ ਕਿਵੇਂ ਚੱਲ ਰਿਹਾ ਹੈਗਾ ਜਿਹੜਾ ਆਪਣਾ ਓਪਰੇਟਿੰਗ ਸਿਸਟਮ ਆ ਜਿਹੜਾ ਇਹ, ਜਿਵੇਂ ਕਿ ਡਾਰਕ ਮੂਡ ਇਹਦੇ ਵਿੱਚ ਕੀ ਆਇਆ ਗਾ। ਠੀਕ ਹੈ ਨਾ, ਕਾਫੀ ਐਪ ਦੇ ਵਿੱਚ ਇਹ ਡਾਰਕ ਮੂਡ ਹੈ ਨਹੀਂ ਗਾ। ਠੀਕ ਹੈ ਨਾ, ਜਿਵੇਂ ਕਿ ਹਾਲ ਆ ਇਹਦੇ ਵਿੱਚ ਵੀ ਨਹੀਂ ਚੱਲ ਰਿਹਾ ਗਾ। ਐਮਾਜ਼ੋਨ ਚੈੱਕ ਕਰਦੇ ਹਾਂ,
ਐਮਾਜ਼ੋਨ ਦੇ ਵਿੱਚ ਵੀ ਡਾਰਕ ਮੂਡ ਹੈ ਨਹੀਂ ਗਾ, ਠੀਕ ਹੈ ਨਾ, ਇੱਥੇ ਵੀ ਹੋਣਾ ਚਾਹੀਦਾ ਸੀਗਾ। ਜਿਵੇਂ ਕਿ ਬੇਸਿਕਲੀ ਜਿਹੜੀਆਂ ਆਪਦੀਆਂ ਜਿਹੜੀਆਂ ਸੈਟਿੰਗ ਵਗੈਰਾ ਫੋਨ ਦੀਆਂ ਆਪਦੀਆਂ ਐਪ ਆ ਉਹਦੇ ਵਿੱਚ ਹੀ ਡਾਰਕ ਮੂਡ ਚੱਲਦਾ, ਜਿਵੇਂ ਸਕਿਉਰਿਟੀ ਆ ਇਹ ਇਹਨਾਂ ਦੀ ਹੈਗੀ ਆ ਆਪਣਿਆਂ ਦੀ ਜਿਹੜੇ ਹੁੰਦੇ ਆ ਆਵਾਜ਼ ਵਾਲਿਆਂ ਦੀ ਇਹ ਸਕਿਉਰਿਟੀ ਇਹਦੇ ਵਿੱਚ ਪਾਈ ਹੋਈ ਇਹਨਾਂ ਨੇ ਵੈਸੇ ਪਹਿਲਾਂ ਜਿਹੜੀ ਉਹ ਆ, ਅਤੇ ਇਹਦੇ ਵਿੱਚ ਡਾਰਕ ਮੂਡ ਚੱਲ ਰਿਹਾ ਵਾ, ਠੀਕ ਆ। ਉਸ ਤੋਂ ਬਾਅਦ ਆਪਾਂ ਚੈੱਕ ਕਰ ਦੇਂਗੇ ਇਹ ਗੂਗਲ 'ਚ ਚੱਲਣਾ ਹੀ ਨਹੀਂ ਗਾ, ਹੈ ਨਾ, ਜਿਵੇਂ ਹੋਰ ਇਹਨਾਂ ਦੀਆਂ ਸਕੈਨਰ ਐਪ ਆ ਜਿਵੇਂ ਇਹਨਾਂ ਦੀ, ਇਹਦੇ ਵਿੱਚ ਵੀ ਡਾਰਕ ਮੂਡ ਚੱਲ ਰਿਹਾ। ਇਹਨਾਂ ਦੀ ਬੇਸਿਕਲੀ ਜਿਹੜੇ ਐਪ ਹੈਗੀਆਂ ਵਾ ਨਾ ਇਹਨਾਂ ਦੀਆਂ ਫੋਨ ਦੀਆਂ ਆਪਦੀਆਂ ਐਪ, ਉਹਦੇ ਵਿੱਚ ਡਾਰਕ ਮੂਡ ਵਰਕ ਕਰ ਰਿਹਾ, ਪਰ ਥਰਡ ਪਾਰਟੀ ਵਿੱਚ ਵਰਕ ਨਹੀਂ ਕਰਦਾ ਹੈਗਾ, ਠੀਕ ਆ। ਹੁਣ ਆਪਾਂ ਦੇਖਦੇ ਹਾਂ ਵੀ ਆਪਣਾ ਕਿੰਨਾ ਕੁ ਪਰਸੈਂਟ ਹੋ ਗਿਆ ਹੈਗਾ ਉਹ, ਅਤੇ ਕਲੋਜ਼ ਬਸ ਹੋਣ ਵਾਲਾ ਵਾ। ਰੀਬੂਟ ਲਾਓ, ਚਲੋ ਮੈਂ ਰੀਬੂਟ ਕਰਦਾ ਹੈਗਾ ਅਤੇ ਉਸ ਤੋਂ ਬਾਅਦ ਆਪਾਂ ਵੀਡੀਓ ਚਲਾਵਾਂਗੇ। ਹਾਂਜੀ, ਅਪਡੇਟ ਆਪਾਂ ਕਰ ਲਿਆ ਹੈਗਾ ਅਤੇ ਤੁਹਾਨੂੰ ਚੈੱਕ ਕਰਾਉਂਦੇ ਪਹਿਲਾਂ ਅਪਡੇਟ ਆਉਂਦੇ, ਠੀਕ ਆ, ਕੁਛ ਇਸ ਤਰ੍ਹਾਂ ਦਾ ਖੁੱਲ੍ਹਿਆ ਹੈਗਾ, ਇਹ ਟੋਟਲੀ ਚੇਂਜ ਹੋ ਗਿਆ, ਠੀਕ ਹੈ ਨਾ। ਮੈਨੂੰ ਤਾਂ ਲੱਗਦਾ ਐਂਡਰੋਇਡ ਕਿੱਥੇ ਤਾਂ ਆਈਫੋਨ ਜੇ ਵਾਂਗੂ ਬਣਾਤਾ ਯਾਰ ਇਹਨਾਂ ਨੇ, ਜਿਵੇਂ ਕਿ ਆਹ ਉੱਪਰ ਆ ਗਿਆ ਡਿਵਾਈਸ ਨੇਮ ਆ ਗਿਆ, ਠੀਕ ਆ, ਆਪਣੀ ਆਹ ਸਟੋਰੇਜ ਵਗੈਰਾ ਆ ਗਈ ਹੈਗੀ ਅਤੇ ਆਹ ਯੂਜ਼ਰ ਇੰਟਰਫੇਸ ਆ ਗਿਆ ਆਪਣਾ, ਠੀਕ ਹੈ ਨਾ, ਕੁਛ ਇਸ ਤਰ੍ਹਾਂ ਦਾ ਬਣਾਇਆ ਹੈਗਾ। ਬਾਕੀ ਜਿਹੜਾ ਡਾਰਕ ਮੂਡ ਵਾਲੀ ਗੱਲ ਸੀ ਯਾਰ, ਅਤੇ ਫਲੋਟਿੰਗ ਵਿੰਡੋ ਵਾਲੀ ਸੀਗੀ, ਹੈ ਨਾ, ਉਹਦਾ ਜਿਵੇਂ ਆਪਾਂ ਇੱਥੋਂ ਕੱਢਾਂਗੇ, ਹਾਂ ਆ ਗਿਆ, ਠੀਕ ਹੈ ਨਾ, ਸਾਰੀਆਂ ਵਿੰਡੋ ਆ ਗਈ ਚੱਲੀਆਂ ਦੀਆਂ। ਜਾਂ ਫਲੋਟਿੰਗ ਵਿੰਡੋ 'ਤੇ ਕਲਿੱਕ ਕਰਾਂਗੇ ਆਪਾਂ, ਕਿਸੇ ਇੱਕ ਦਾ ਵੀ ਫਲੋਟਿੰਗ ਵਿੰਡੋ ਆਪਾਂ ਲੈ ਸਕਦੇ ਹਾਂ, ਜਿਵੇਂ ਕਿ ਇਹਦਾ ਲੈ ਲਿਆ ਆਪਾਂ, ਠੀਕ ਹੈ ਨਾ, ਇਸ ਤਰ੍ਹਾਂ ਕਰਕੇ ਇੱਧਰ ਉੱਧਰ ਕਰ ਸਕਦੇ ਹਾਂ, ਹੈ ਨਾ, ਅਤੇ ਇਹਨੂੰ ਜਿਵੇਂ ਇੱਥੇ ਲਾ ਲਿਆ ਆਪਾਂ, ਬਾਕੀ ਇਹਨੂੰ ਪਿੱਛੇ ਇੱਧਰ ਬਰਾਊਜ਼ਿੰਗ ਵਗੈਰਾ, ਹੈ ਨਾ, ਕਰ ਸਕਦੇ ਹਾਂ ਅਤੇ ਇਸ ਤਰ੍ਹਾਂ ਕਰਕੇ, ਹੈ ਨਾ, ਇਹ ਬਾਕੀ ਵੱਡਾ ਛੋਟਾ ਜਿਹਾ ਹੋ ਜਾਂਦਾ ਕੁਛ ਇਸ ਤਰ੍ਹਾਂ ਕਰਕੇ, ਉਦੋਂ ਛੋਟਾ ਵੀ ਯਾਰ ਹੋ ਜਾਂਦਾ ਇਹ, ਪਤਾ ਨਹੀਂ ਕਿਵੇਂ, ਜਿੱਦਾਂ ਜਿਹਨੂੰ ਕਰਕੇ ਲਾਉਂਦੇ ਇੱਥੇ ਲੱਗ ਗਿਆ ਜਾਏਗਾ, ਵੀ ਛੋਟਾ ਹੋ ਗਿਆ, ਠੀਕ ਆ। ਇਸੇ ਤਰ੍ਹਾਂ ਕਰਕੇ ਫਲੋਟਿੰਗ ਵਿੰਡੋ ਵਾਲਾ ਸਿਸਟਮ ਇਹਦਾ ਕੁਛ, ਜਿਵੇਂ ਕਿ ਇਹਨੂੰ ਆਪਾਂ ਇੱਥੇ ਲਾ ਸਕਦੇ ਹਾਂ ਅਤੇ ਆਪਾਂ ਕੀਪ ਸਵਿੱਚ ਵੀ ਕਰ ਸਕਦੇ ਹਾਂ ਬਾਅਦ 'ਚ, ਜਿਵੇਂ ਦੁਬਾਰਾ ਫਿਰ ਖੋਲ੍ਹਿਆ ਆਪਾਂ ਫਲੋਟਿੰਗ ਵਿੰਡੋ, ਇਹਦਾ ਲੈਣਾ ਫਲੋਟਿੰਗ ਵਿੰਡੋ ਇੱਕ, ਇਹਨੂੰ ਆਪਾਂ ਸਾਈਡ 'ਤੇ ਇੱਥੇ ਛੋਟਾ ਕਰਕੇ ਨਹੀਂ ਛੱਡ ਸਕਦੇ ਇੱਥੇ ਇੱਦਾਂ ਕਰਕੇ, ਨਾ, ਅਤੇ ਹੋਰ ਇਹਦੇ ਵਿੱਚ ਇੱਕ ਤਾਂ ਫਲੋਟਿੰਗ ਵਿੰਡੋ ਆਇਆ ਸੀ ਕਰਦਾ, ਇੱਕ ਆਹ ਵੀ ਟੋਟਲੀ ਚੇਂਜ ਹੋ ਗਿਆ ਜੀ ਆਹ ਉੱਪਰਲਾ ਨੋਟੀਫਿਕੇਸ਼ਨ ਵਾਲਾ, ਠੀਕ ਹੈ ਨਾ, ਕੰਟਰੋਲ ਸੈਂਟਰ ਹੋ ਗਿਆ ਇਹ ਹੁਣ, ਇਸ ਤਰ੍ਹਾਂ ਕਰਕੇ ਥੱਲੇ ਨੂੰ ਕੱਢਾਂਗੇ, ਹੋਰ ਖੁੱਲ੍ਹ ਗਿਆ ਸਾਰਾ ਕੁਛ, ਡਾਕੂਮੈਂਟਸ ਹੋ ਗਿਆ ਅਤੇ ਆਹ ਆਈਕਨ ਵਗੈਰਾ ਆ ਗਿਆ। ਬਾਕੀ ਆਪਣਾ ਇਹਦਾ
ਜਿਵੇਂ ਕਿ ਹੋ ਗਿਆ ਹਾਲ। ਬਾਕੀ ਯਾਰ ਜਿਹੜਾ ਹੈਗਾ ਹੋਰ ਇਹਦੇ ਵਿੱਚ ਕੀ ਅਪਡੇਟ ਦੇ ਵਿੱਚ ਆਇਆ ਗਾ, ਇੱਕ ਤਾਂ ਉਹ ਜ਼ਿਕਰ ਸੀਗਾ, ਮੇਨ ਤਾਂ ਇਹੀ ਆ। ਬਾਕੀ ਸਾਰਾ ਚੇਂਜ ਕੀਤਾ ਹੈਗਾ ਜਾਂ ਐਨੀਮੇਸ਼ਨ ਵਗੈਰਾ, ਹੈ ਨਾ, ਅਤੇ ਹੋਰ ਫਲੈਸ਼ ਲਾਈਟ ਦਾ ਹੋ ਗਿਆ ਉੱਪਰ ਵਾਲੀ, ਹੈ ਨਾ, ਮੋਟਾ ਕਰਕੇ ਕੱਢਤਾ। ਹੋਰ ਤਾਂ ਕੁਛ ਖਾਸ ਨਹੀਂ ਹੈਗਾ ਯਾਰ ਅਪਡੇਟ, ਕੋਈ ਹੈ ਨਹੀਂ ਇੱਦਾਂ ਦਾ ਕੋਈ ਵਧੀਆ, ਮੈਨੂੰ ਤਾਂ ਲੱਗਿਆ ਨਹੀਂ ਠੀਕ ਹੈ ਯਾਰ। ਇੱਕ ਆ ਬੈਟਰੀ ਬੂਟ ਦੇ ਆਈਕਨ ਚੇਂਜ ਕਰਤੇ ਉੱਪਰੋਂ, ਹੈ ਨਾ, ਅਤੇ ਹੋਰ ਕੀ ਕਹਿ ਰਹੇ ਆ, ਕਹਿੰਦੇ ਆ ਤੁਹਾਡਾ ਫਲਿਸ਼ ਹੋ ਗਿਆ ਵਾ, ਅਤੇ ਹਾਲ ਦੱਸੀ ਜਾਂਦੇ ਇਹਦੇ ਵਿੱਚ, ਕੰਟਰੋਲ ਸੈਂਟਰ ਕੱਢਿਆ, ਫਲੋਟਿੰਗ ਵਿੰਡੋ ਕੱਢੀਆਂ, ਪ੍ਰਾਈਵੇਸੀ ਪ੍ਰੋਟੈਕਸ਼ਨ ਜਦੋਂ ਸ਼ੇਅਰ ਕਰਦੇ ਹਾਂ, ਫੋਟੋ ਸ਼ੇਅਰ ਕਰਦੇ ਹਾਂ, ਉਹਦੀ ਲੋਕੇਸ਼ਨ ਆਪਾਂ ਫੋਟੋ ਦੀ ਰੋਕ ਸਕਦੇ ਹਾਂ, ਠੀਕ ਹੈ ਨਾ, ਵੀ ਫੋਟੋ ਦੀ ਲੋਕੇਸ਼ਨ ਨਾ ਜਾਵੇ, ਨਾਲ ਕਾਸਟਿੰਗ। ਹਾਂ, ਇੱਕ ਕਾਸਟਿੰਗ ਦਾ ਕੀਤਾ ਸੀਗਾ ਵੀ, ਇਹ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਜਦੋਂ ਕਾਸਟ ਕਰਦੇ ਹਾਂ ਆਪਾਂ, ਹੈ ਨਾ, ਵੀ ਆਪਾਂ ਕੋਈ ਐਪ ਨੂੰ ਮਿਨੀਮਾਈਜ਼ ਕਰ ਸਕਦੇ ਹਾਂ, ਅਤੇ ਬਾਕੀ ਆ ਸਿਸਟਮ ਪੈਚ ਆਈ ਆ, ਅਤੇ ਆ ਨੋਟੀਫਿਕੇਸ਼ਨ ਵਗੈਰਾ ਆਈ ਆ, ਠੀਕ ਹੈ ਨਾ, ਇਹ ਤਾਂ ਦੇਖ ਹੀ ਲਿਆ ਆਪਣਾ। ਅਤੇ ਇੱਧਰਲੇ ਪਾਸੋਂ ਇੱਕ ਮਿੰਟ ਉਹਨਾਂ, ਅਤੇ ਇੱਕ ਆ ਵੈਦਰ ਵਾਲਾ ਦੇਖ ਲਿਆ, ਨੋਟ, ਹਾਂ, ਨੋਟ ਦੇ ਵਿੱਚ ਫੋਲਡਰ ਬਣ ਜਾਂਦੇ, ਅਤੇ ਸਕਿਉਰਿਟੀ ਬਸ ਠੀਕ ਆ, ਇੰਨਾ ਕੁਛ ਹੀ ਸੀਗਾ ਵੀ ਅਪਡੇਟ ਦੇ ਵਿੱਚ। ਅਤੇ ਬਾਕੀ ਤੁਸੀਂ ਦੇਖ ਹੀ ਸਕਦੇ ਹੈ ਨਾ, ਜਿਹੜੀ ਲੁੱਕ ਵਗੈਰਾ ਚੇਂਜ ਕੀਤੀ ਇਹਨਾਂ ਨੇ, ਰਾਈਟ, ਆ ਬੈਟਰੀ ਆਈਕਨ ਚੇਂਜ ਕਰਤਾ। ਚਲੋ ਠੀਕ ਆ ਵੀ, ਵੀਡੀਓ ਵਧੀਆ ਲੱਗੀ ਤਾਂ ਲਾਈਕ ਐਂਡ ਸ਼ੇਅਰ ਕਰਿਓ ਆਪਣੇ ਫਰੈਂਡਸ ਨਾਲ, ਠੀਕ ਆ ਨਾ। ਇਹ ਜਿਹੜਾ ਹੈਗਾ ਫੋਨ ਸੀਗਾ ਆਪਣਾ ਰੈਡਮੀ ਨੋਟ 9 ਪ੍ਰੋ ਮੈਕਸ ਦੇ ਵਿੱਚ ਆਇਆ ਅਪਡੇਟ, ਰਾਈਟ, ਅਤੇ ਜਿਹੜਾ ਹੈਗਾ ਐਂਡਰੋਇਡ ਵਰਜ਼ਨ 10 ਆ ਇਹ, ਠੀਕ ਆ ਵੀ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਜਿਹੜੇ ਨਵੇਂ ਬੰਦੇ ਆ ਸਬਸਕ੍ਰਾਈਬ ਜ਼ਰੂਰ ਕਰੋ ਚੈਨਲ ਨੂੰ ਟੈਕਨੀਕਲ ਪੰਜਾਬੀ। ਓਕੇ ਬਾਈ, ਟੇਕ ਕੇਅਰ, ਬਾਏ ਬਾਏ।